ਗੁਬਾਰੇ ਤੇ ਪਲਾਸਟਿਕ ਦੀ ਬੋਤਲ ਦੇ ਇਸਤੇਮਾਲ ਨਾਲ ਬਹੁਤ ਹੀ ਦਿਲਚਸਪ ਤਜਰਬਾ ਕਰ ਸਕਦੇ ਹੋ। 2 ਲੀਟਰ ਦੀ ਬੋਤਲ ਦੇ ਸਿਲੰਡਰੀਕਲ ਤੱਲੇ ਦੇ ਨਜ਼ਦੀਕ ਇੱਕ ਛੋਟੀ ਮੋਰੀ ਕਰੋ। ਇਸ ਮੋਰੀ ਦੇ ਵਿੱਚ ਇੱਕ ਸਖ਼ਤ ਪਾਈਪ ਜਾਂ ਸਟਰੋ ਫਸਾ ਦਿਓ। ਇਸ ਨੂੰ ਚੰਗੀ ਤਰ੍ਹਾਂ ਜੋੜਨ ਲਈ ਗੂੰਦ ਲਗਾ ਦਿਓ। ਹੁਣ ਇੱਕ ਗੁਬਾਰਾ ਬੋਤਲ ਦੇ ਅੰਦਰ ਧੱਕ ਕੇ ਉਸ ਬੋਤਲ ਦੇ ਮੂੰਹ 'ਤੇ ਸਟ੍ਰੈਚ ਖਿੱਚ ਕੇ ਕਰ ਦਿਓ। ਹੁਣ ਤੁਸੀਂ ਇਹ ਐਕਸਪੈਰੀਮੈਂਟ ਸ਼ੁਰੂ ਕਰ ਸਕਦੇ ਹੋ। ਸਟ੍ਰਾ ਵੱਲੋਂ ਹਵਾ ਸੱਕ ਕਰਨ ਨਾਲ ਗੁਬਾਰਾ ਫੁੱਲ ਜਾਵੇਗਾ। ਤੁਸੀਂ ਗੁਬਾਰੇ ਨੂੰ ਬੋਤਲ ਦੇ ਮੂੰਹ ਨਾਲ ਵੱਲ ਹਵਾ ਭਰ ਕੇ ਵੀ ਫੁਲਾ ਸਕਦੇ ਹੋ। ਜੇ ਤੁਸੀਂ ਸਟ੍ਰਾ ਦੇ ਮੂੰਹ ਨੂੰ ਉਂਗਲ ਦੇ ਕੇ ਦਬਾਅ ਨਾਲ ਬੰਦ ਵੀ ਕਰ ਦਿਓਗੇ ਤਾਂ ਵੀ ਗੁਬਾਰਾ ਫੁੱਲਿਆ ਰਹੇਗਾ, ਚਾਹੇ ਉਸ ਦਾ ਮੂੰਹ ਖੁੱਲ੍ਹਾ ਹੀ ਹੋਵੇਗਾ। ਇਹ ਬਹੁਤ ਹੈਰਾਨੀਜਨਕ ਹੋਵੇਗਾ ਜੇ ਤੁਸੀਂ ਸਟ੍ਰਾ ਰਾਹੀਂ ਹਵਾ ਭਰਦੇ ਜਾਂ ਖਿੱਚਦੇ ਬਲੋ ਜਾਂ ਸੱਕ ਕਰਦੇ ਹੋ ਤਾਂ ਗੁਬਾਰਾ ਫੁੱਲਿਆ ਰਹੇਗਾ। ਇੱਕ ਵਾਰ ਬੋਤਲ ਦੇ ਅੰਦਰਲੇ ਪਾਸੇ ਅਤੇ ਇੱਕ ਵਾਰ ਬੋਤਲ ਦੇ ਬਾਹਰਲੇ ਪਾਸੇ ਵੱਲ।